ਅੱਗੇ ਗੱਲ ਗਏ, ਸਾਨੂੰ ਬਿਮਾਰੀਆਂ ਲੱਗਣ ਦਾ ਸਾਨੂੰ ਡਰ ਆ, ਅਸੀਂ ਤਾਂ ਅੱਗੇ ਬਿਮਾਰ ਰਹਿੰਦੇ ਹਾਂ। ਹੈਪੀ ਵੂਮੈਨ ਡੇ, ਹੈਪੀ ਵੂਮੈਨ ਡੇ, ਹੈਪੀ ਵੂਮੈਨ ਡੇ, ਵੂਮੈਨ ਡੇ। ਪਾਣੀ ਖੜਿਆ ਤਾਂ ਮਨਾ ਰਹੇ ਅਸੀਂ ਪਾਣੀ ਦੇ ਵਿੱਚ। ਇਹ 8 ਦਿਨ ਹੋ ਗਏ ਪਾਣੀ ਖੜੇ ਨੂੰ, ਕੋਈ ਸਾਡੀ ਸੁਣਵਾਈ ਨਹੀਂ ਹੈਗੀ। ਅਸੀਂ ਕੀ ਨਹੀਂ ਦਿੰਦੇ, ਟੈਕਸ ਨਹੀਂ ਦਿੰਦੇ ਨੇ ਸਰਕਾਰ ਦਾ, ਕੀ ਵੋਟਾਂ ਨਹੀਂ ਪਾਈਆਂ ਅਸੀਂ ਐਮਸੀ ਨੂੰ। ਅੱਜ ਵੂਮੈਨ ਡੇ ਨੂੰ ਸੈਲੀਬ੍ਰੇਟ ਕਰ ਰਹੇ ਅਸੀਂ ਪਾਣੀ ਦੇ ਵਿੱਚ। ਹੁਣ ਸਾਡੇ ਕੋਲ ਕੋਈ ਵੀ ਵੋਟ ਲੈਣ ਆਊਗਾ ਨਾ ਧੱਕੇ ਮਾਰ ਕੇ ਕੱਢੋ। ਆਂਟੀ ਅੱਜ ਵੂਮੈਨ ਡੇ ਕਿਸ ਤਰ੍ਹਾਂ ਦੇ? ਕਾਹਦਾ ਵੂਮੈਨ ਡੇ ਹੈ? ਵੂਮੈਨ ਡੇ ਪਾਣੀ ਖੜਿਆ ਤਾਂ ਮਨਾ ਰਹੇ ਅਸੀਂ ਪਾਣੀ ਦੇ ਵਿੱਚ। ਇਹ 8 ਦਿਨ ਹੋ ਗਏ ਪਾਣੀ ਖੜੇ ਨੂੰ, ਕੋਈ ਸਾਡੀ ਸੁਣਵਾਈ ਨਹੀਂ ਹੈਗੀ। ਕੀ ਗੱਲ, ਅਸੀਂ ਉਰੇ ਵੱਸਦੇ ਨਹੀਂ ਹੈਗੇ? ਅਸੀਂ ਕੀ ਨਹੀਂ ਦਿੰਦੇ, ਟੈਕਸ ਨਹੀਂ ਦਿੰਦੇ ਨੇ ਸਰਕਾਰ ਦਾ, ਕੀ ਵੋਟਾਂ ਨਹੀਂ ਪਾਈਆਂ ਅਸੀਂ ਐਮਸੀ ਨੂੰ? 10 ਦਿਨ ਹੋ ਗਏ ਸਮੇਂ ਤੋਂ, ਤਾਂ ਸਾਨੂੰ 15 ਸਾਲ ਹੋ ਗਏ ਉਰੇ ਚ ਜ਼ਮੀਨ ਨੂੰ। ਪਹਿਲਾਂ ਵੋਟਾਂ ਸੀ ਤਾਂ ਮੈਨੇ ਦਿੱਕਤਾਂ ਕੱਟੀਆਂ ਸੀ। ਹਾਂਜੀ, ਅੱਜ ਵੂਮੈਨ ਡੇ ਨੂੰ ਸੈਲੀਬ੍ਰੇਟ ਕਰ ਰਹੇ ਅਸੀਂ ਪਾਣੀ ਦੇ ਵਿੱਚ। ਗੰਦੇ, ਹਾਂ ਹਾਂ, ਠੰਡਾ ਪੀਵਾਂਗੇ, ਗੰਦੇ ਪਾਣੀ 'ਚ ਅਸੀਂ ਸੈਲੀਬ੍ਰੇਟ ਕਰਨ ਲੱਗ ਰਹੇ ਹਾਂ। ਸਾਨੂੰ ਸ਼ਰਮ ਮਾੜੀ ਮੋਟੀ ਆਉਣੀ ਚਾਹੀਦੀ ਆ। ਹੁਣ ਸਾਡੇ ਕੋਲ ਕੋਈ ਵੀ ਵੋਟ ਲੈਣ ਆਊਗਾ ਨਾ ਧੱਕੇ ਮਾਰ ਕੇ ਕੱਢੋ। ਕਿਸ ਤਰ੍ਹਾਂ ਦੇਖਦੇ ਹੋ ਜੇ ਵੂਮੈਨ ਡੇ ਹੈਗਾ ਤੇ ਔਰਤਾਂ ਦਾ ਦੇਖੋ ਕੀ ਹਾਲ ਆ? ਇਹ ਤਾਂ ਤੁਸੀਂ ਦੇਖੋ, ਵੂਮੈਨ ਡੇ ਦੇ ਦਿਨ ਉਹਦਾ ਵੂਮੈਨ ਆ, ਵੂਮੈਨ ਕਾਹਦੀਆਂ ਵੂਮੈਨ ਰਹਿ ਗਈਆਂ? ਕੋਈ ਵੂਮੈਨ ਨਹੀਂ ਹੈਗੀਆਂ। ਇੱਦਾਂ ਹੀ ਨਿਕਲਦੇ ਆ ਹਰ ਟਾਈਮ ਤੇ, ਇੱਦਾਂ ਹੀ ਨਿਕਲਦੇ ਆ, ਰੇਹੜੀ ਰਾਹੀਂ ਜਾ ਰਹੇ ਆ, ਉੱਥੋਂ ਰੇਹੜੀ ਲੈ ਕੇ ਆਉਂਦੇ ਤਾਂ ਅਸੀਂ ਸਾਡੇ ਕੋਲ ਕਿਹੜਾ ਗੱਡੀਆਂ ਖੜੀਆਂ ਨੇ? ਅਸਾਂ ਮੀਡੀਅਮ ਬੰਦੇ ਆ, ਸਾਡੇ ਕੋਲ ਗੱਡੀਆਂ ਨਹੀਂ ਹੈਗੀਆਂ। ਹਾਂਜੀ, ਹਾਂਜੀ, ਵੂਮੈਨ ਡੇ ਬਣਾ ਰਹੇ ਹਾਂ, ਉਹਨਾਂ ਨੂੰ ਰੋਣ ਲੱਗ ਰਹੇ ਹਾਂ ਬੈਠ ਕੇ, ਸਰਕਾਰਾਂ ਨੂੰ ਸਾਰੀਆਂ ਨੂੰ ਕੀ ਕਰੀਏ ਅਸੀਂ? ਆਂਟੀ ਅੱਜ ਵੂਮੈਨ ਡੇ ਕਿਸ ਤਰ੍ਹਾਂ ਦੇ? ਕਾਹਦਾ ਵੂਮੈਨ ਡੇ ਹੈ? ਅਸੀਂ ਤਾਂ ਨਰਕ 'ਚ ਬੈਠੇ ਹਾਂ, ਕੀ ਵੂਮੈਨ ਡੇ ਹੈ? ਇੱਕ ਦੂਜੇ ਨੂੰ ਮਿਲਣੋਂ ਵੀ ਰਹਿ ਰਹੇ ਹਾਂ, ਠੀਕ ਹੈ, ਬੜੀ ਖੁਸ਼ੀ ਨਾਲ ਵੂਮੈਨ ਡੇ ਮਨਾਉਂਦੇ ਤੇ ਅੱਗੇ ਆ, ਹੁਣ ਦੇਖ ਲਓ ਕੀ ਹਾਲ ਹੋ ਰਹੇ ਨੇ। ਇਹ ਤਾਂ ਸਾਨੂੰ ਬਹੁਤ ਸਮੇਂ ਤੋਂ ਸਮੱਸਿਆ ਆ ਰਹੀ ਹੈ, ਹਫ਼ਤਾ ਤਾਂ ਹੁਣ ਪੂਰਾ ਹੋ ਗਿਆ, ਨਹੀਂ ਤਾਂ 15 ਸਾਲ ਹੋ ਗਏ ਇਸ ਤਾਂ ਨਰਕ 'ਚ। ਜਿੱਦਾਂ ਦੀ ਗਲੀ ਬਣੀ ਹੈ ਸਾਡਾ ਤਾਂ ਇਹੀ ਹਾਲ ਹੈ ਬਾਈ, ਅੰਦਰ ਬਾਰਡਰ ਰੱਖਿਆ ਇਸ ਦਾ, ਠੀਕ ਹੈ। ਹਾਂ, ਕਹਿੰਦਾ ਭਾਵੇਂ ਇਸ ਗੰਦੇ ਪਾਣੀ ਕਰਕੇ ਤੁਸੀਂ ਅੱਜ ਵੂਮੈਨ ਡੇ 'ਚ ਅੱਧੀਆਂ ਜਿਹੜੇ ਆਂਢ ਗੁਆਂਢ ਨੂੰ ਮਿਲਣੋਂ ਗਏ, ਤੁਸੀਂ ਮਿਲਣੋਂ ਗਏ? ਅਸੀਂ ਤਾਂ ਰੇੜੀਆਂ 'ਚ ਬਹਿ ਬਹਿ ਇੱਕ ਮਾੜਾ ਮੋਟਾ ਉਹ ਕਰਦੇ ਹਾਂ। ਅੱਛਾ ਜੀ, ਨਹੀਂ ਅਸੀਂ ਇੰਨਾ ਇੰਨਾ ਇਕੱਠੀਆਂ ਹੋ ਬਹਿੰਦੀਆਂ ਤੀਆਂ, ਠੀਕ ਹੈ, ਤੂੰ ਐਂ ਦੇਖ। ਅੱਜ ਕਹਿੰਦੇ ਔਰਤਾਂ ਦੀ, ਕਾਹਦਾ ਵੂਮੈਨ ਡੇ ਹੈ? ਸਾਡੇ ਪਾਸ ਤਾਂ ਕੋਈ ਵੂਮੈਨ ਡੇ ਨਹੀਂ ਹੈਗਾ ਬਾਈ, ਇਸ ਤਾਂ ਨਰਕ 'ਚ ਆ। ਪਰ ਜੀ ਅਸੀਂ ਆਉਣਾ ਸੀਗਾ, ਪ੍ਰੋਗਰਾਮ ਸੀਗਾ ਉਰੇ, ਪਰ ਇੰਨਾ ਨਰਕ ਆ, 10 ਦਿਨ ਹੋ ਗਏ ਗਲੀ ਦੇ ਵਿੱਚ। ਸਾਡਾ ਵੀ ਸਾਡਾ ਇੱਥੇ ਪ੍ਰੋਗਰਾਮ ਦਾ, ਜਿਹੜੇ ਲੋਕ ਡੇਲੀ ਲੰਘ ਰਹੇ ਨੇ ਬੱਸ ਅੱਡਾ ਨੇੜੇ ਆ, ਪੈਰ ਬੁਰਾ ਹਾਲ, ਅੱਧੇ ਅੱਧੇ ਕੱਪੜੇ ਲਿਬੜ ਜਾਂਦੇ ਨੇ, ਬੱਚਿਆਂ ਦੇ ਕੱਪੜੇ ਲਿਬੜ ਜਾਂਦੇ ਨੇ, ਕੋਈ ਜਿਹੜੇ ਬਜ਼ੁਰਗ ਨੇ ਉਹ ਡਿੱਗ ਵੀ ਜਾਂਦੇ ਨੇ, ਕਈ ਵਾਰੀ ਤਾਂ ਚੱਕ ਕੇ ਪਰਾਂ ਕਰਨੇ ਪੈਂਦੇ ਨੇ, ਇੰਨਾ ਨਰਕ ਬਣਿਆ ਹੋਇਆ ਜੀ ਇਹ ਗਲੀ ਦਾ। ਇਹਦਾ ਜਗਾੜੂ ਰੇੜੀ ਰਾਹੀਂ ਜਾਂਦਾ, ਜਗਾੜੂ ਰੇੜੀ ਰਾਹੀਂ ਜਾਂਦੇ ਨੇ ਵੀਰੇ, ਕੋਈ ਪੈਦਲ ਜਾਂਦਾ, ਕੋਈ ਕਿਸੇ ਲਿਫਟ ਲੈਂਦਾ ਵੀਰੇ ਮੈਨੂੰ ਛੱਡ ਦੇ, ਉਹ ਵੀ ਡਰ ਜਾਂਦਾ ਵੀ ਮੈਂ ਨਾ ਡਿੱਗ ਜਾਂ, ਉਹ ਵੀ ਲਿਫਟ ਵੀ ਨਹੀਂ ਦਿੰਦਾ, ਬੁੜੀਆਂ ਹੱਥ ਮਾਰੀ ਜਾਂਦੀਆਂ ਨੇ, ਬੇਬੁੱਤ ਮੈਨੂੰ ਮਾੜੇ ਅੱਡੇ ਤੱਕ ਛੱਡ ਦੇ, ਇੰਨਾ ਬੁਰਾ ਹਾਲ ਆ ਵੀਰ ਜੀ ਉਰੇ, ਬਹੁਤ ਜ਼ਿਆਦੇ। ਇਸ ਸੰਬੰਧੀ ਤੁਸੀਂ ਨਗਰ ਕੌਂਸਲ ਨਾਲ ਹੀ ਰਾਬਤਾ ਕਾਇਮ ਕਰਿਆ, ਪ੍ਰਸ਼ਾਸਨਿਕ ਅਧਿਕਾਰੀ? ਵੀਰ ਜੀ ਬਹੁਤ ਕਰਿਆ, ਕੋਈ ਸੁਣਵਾਈ ਨਹੀਂ, ਕੋਈ ਆ ਹੀ ਨਹੀਂ ਰਿਹਾ ਉਰੇ, ਬਹੁਤ ਸਾਰੇ ਪਾਸੇ ਜਾ ਜਾ ਦੇਖ ਲਿਆ, ਕੋਈ ਨਹੀਂ ਸੁਣ ਰਿਹਾ, ਬਸ ਵੋਟਾਂ ਵੇਲੇ ਕਹਿੰਦੇ ਨੇ ਅਸੀਂ ਤੁਹਾਡੇ ਨਾਲ ਆ, ਪੈਰੀਂ ਹੱਥ ਵੀ ਲਾਉਂਦੇ ਨੇ ਸਾਡੇ, ਅਸੀਂ ਤੁਹਾਡਾ ਐਂ ਕਰ ਦਾਂਗੇ, ਪਰ ਹੁਣ ਇੰਨਾ ਬੁਰਾ ਹਾਲ ਆ।
ਬੰਦਾ ਸਾਰ ਲੈਂਦਾ, ਲੇਡੀਜ਼ ਨੂੰ ਕਿੰਨਾ ਔਖਾ ਦੇਖੋ ਬਾਈ ਜੀ। ਉਹ ਵੀ ਬੂਹ ਮੰਡਿਆ ਬੱਚਿਆਂ ਨਾਲ, ਬਹੁਤ ਵਾਰੀ ਤਾਂ ਤਿੰਨ ਚਾਰ ਤਾਂ ਡਿੱਗ ਵੀ ਗਈਆਂ ਉਰੇ। ਬਹੁਤ ਬੁਰਾ ਹਾਲ ਆ ਵੀਰ ਜੀ, ਇਹ ਸਰਕਾਰ ਨੂੰ ਸਮਝਣਾ ਚਾਹੀਦਾ।